ਚੈਪਟਰ 3 ਮੈਟ੍ਰਿਸ ਦੀ ਐਕਸਰਸਾਈਜ਼ 3.4 ਕਰਦੇ ਹਾਂ। ਉਹਦੇ 'ਚ ਜਿਹੜਾ ਕੰਸੈਪਟ ਹੈਗਾ ਉਹ ਹੈਗਾ ਇਨਵਰਟੀਬਲ ਮੈਟ੍ਰਿਕਸ। ਕੀ ਹੈ ਇਨਵਰਟੀਬਲ ਮੈਟ੍ਰਿਕਸ? ਇਨਵਰਟੀਬਲ ਦਾ ਸ਼ਬਦ ਹੁੰਦਾ ਉਲਟਾ, ਕੀ ਹੁੰਦਾ? ਇਨਵਰਸ ਕਰਨਾ, ਕਿਸੇ ਦਾ ਪੁੱਠਾ ਕਰਨਾ। ਤਾਂ ਮੈਟ੍ਰਿਕਸ 'ਚ ਕੀ ਪੁੱਠਾ ਹੈ? ਮੰਨ ਲਓ ਮੈਂ ਕੋਈ ਏਦਾਂ ਦਾ ਮੈਟ੍ਰਿਕਸ ਲੈ ਲਿਆ, ਇੱਕ ਸਿੰਪਲ ਜੀ 2x2 ਦੀ ਮੈਟ੍ਰਿਕਸ ਲੈ ਲਈ, ਸਭ ਤੋਂ ਸੌਖੀ ਤੁਹਾਨੂੰ ਸਮਝਾਉਣ। ਹੁਣ ਕਹਿੰਦਾ ਇਸ ਮੈਟ੍ਰਿਕਸ ਦੇ ਲਈ ਇੱਕ ਮੈਟ੍ਰਿਕਸ ਹੋਰ ਚਾਹੀਦਾ 2x2 ਦਾ ਹੀ। ਜਿਹੜਾ ਮੈਟ੍ਰਿਕਸ ਆਪਾਂ ਲਿੱਤਾ ਉਸੇ ਆਰਡਰ ਦਾ ਇੱਕ ਮੈਟ੍ਰਿਕਸ ਹੋਰ ਚਾਹੀਦਾ, ਉਹਦਾ ਕੰਮ ਕੀ ਹੋਊਗਾ? ਉਹ ਏਦਾਂ ਦਾ ਮੈਟ੍ਰਿਕਸ ਲੈਣਾ ਜਦੋਂ ਉਹਨੂੰ ਇਹਦੇ ਨਾਲ ਮਲਟੀਪਲਾਈ ਕਰੀਏ ਤਾਂ ਆਨਸਰ ਕੀ ਆਵੇ? ਆਈਡੈਂਟੀਟੀ ਮੈਟ੍ਰਿਕਸ ਆਵੇ ਉਸੇ ਆਰਡਰ ਦੇ। ਜੇ 2x2 ਲਿੱਤਾ ਤਾਂ ਆਈਡੈਂਟੀਟੀ ਮੈਟ੍ਰਿਕਸ ਵੀ 2x2 ਦੀ ਹੀ ਆਉਂਦੀ। ਇਹਦੇ 'ਚ ਮੈਟ੍ਰਿਕਸ 'ਚ ਇੱਕ ਏਦਾਂ ਦਾ ਮੈਟ੍ਰਿਕਸ ਮੇਰੇ ਕੋਲ ਹੈਗਾ, ਹੁਣ ਇਹਦੇ ਮਗਰ ਮੈਂ ਇੱਕ ਏਦਾਂ ਦਾ ਮੈਟ੍ਰਿਕਸ ਲੱਭਣਾ ਸੇਮ ਆਰਡਰ ਦਾ ਹੋਵੇ, ਤਾਂ ਕਿ ਜਦੋਂ ਦੋਵਾਂ ਨੂੰ ਮਲਟੀਪਲਾਈ ਕਰੀਏ ਤਾਂ ਕੀ ਜਵਾਬ ਮਿਲੇ? ਆਈਡੈਂਟੀਟੀ ਮੈਟ੍ਰਿਕਸ ਉਸੇ ਆਰਡਰ। ਸਮਝ ਲੱਗ ਗਈ? ਫਿਰ ਉਹ ਜਿਹੜਾ ਮੈਟ੍ਰਿਕਸ ਮਿਲੂਗਾ ਉਹਨੂੰ ਇਹਦਾ ਕੀ ਕਹਿ ਦਿੰਦੇ ਆ? ਇਨਵਰਟੀਬਲ। ਉਹਨੂੰ ਕਹਿੰਦੇ ਆ ਇਨਵਰਸ ਇਨਵਰਟੀਬਲ ਮੈਟ੍ਰਿਕਸ। ਹਰ ਚੀਜ਼ ਦਾ ਇੱਕ ਸਿੰਬਲ ਹੁੰਦਾ। ਹੁਣ ਜੇ ਏ ਮੈਟ੍ਰਿਕਸ ਆਪਾਂ ਕਹਿਤਾ ਕਿ ਕਿੱਦਾਂ ਦਾ ਬੀ ਮੈਟ੍ਰਿਕਸ ਐਗਜ਼ਿਸਟ ਕਰੂਗਾ, ਜਦੋਂ ਦੋਵਾਂ ਨੂੰ ਗੁਣਾ ਕਰਾਂਗੇ ਤਾਂ ਕੀ ਆਉਣਾ ਚਾਹੀਦਾ? ਜਿਹੜਾ ਮੈਟ੍ਰਿਕਸ ਆਪਾਂ ਲੱਭਣਾ ਹੈ, ਚਾਹੇ ਉਹ ਪਿੱਛੇ ਲਿਖ ਲਓ ਚਾਹੇ ਉਹ ਅੱਗੇ ਲਿਖ ਲਓ, ਇੱਕੋ ਹੀ ਜਵਾਬ ਮਿਲਣਾ ਚਾਹੀਦਾ ਹੈ। ਸਮਝ ਲੱਗ ਗਈ? ਹੁਣ ਦੇਖੋ ਜੇ ਆਪਾਂ ਐਡੀਸ਼ਨ ਦੀਆਂ ਪ੍ਰੋਪਰਟੀਜ਼ ਕੀਤੀਆਂ ਸੀ, ਕਮਿਊਨਿਟੇਟਿਵ ਐਸੋਸੀਏਟਿਵ ਯਾਦ ਹੈ? ਇਸ ਦਾ ਮਤਲਬ ਕਿਹੜੀ ਪ੍ਰੋਪਰਟੀ ਇੱਥੇ ਲੱਗ ਗਈ? ਕਮਿਊਨਿਟੇਟਿਵ। ਕਮਿਊਨਿਟੇਟਿਵ 'ਚ ਆਪਾਂ ਕੀਤਾ ਨਹੀਂ ਸੀ ਜਗ੍ਹਾ ਬਦਲ ਜਾਂਦੀ ਹੈ, ਉੱਥੇ ਪਲੱਸ ਦੇ ਅੰਦਰ ਕੀਤੀ ਸੀ, ਇਹ ਗ੍ਰੇਡ ਦੇ ਅੰਦਰ ਹੈ ਮਲਟੀਪਲਾਈ ਦੇ। ਦੇਖੋ ਇੱਥੇ ਏ ਪਹਿਲੇ ਨੰਬਰ ਤੇ ਹੈ, ਬੀ ਦੂਜੇ ਤੇ, ਤੇ ਇੱਧਰ ਕੀ ਹੋ ਗਿਆ? ਬੀ ਪਹਿਲੇ ਨੰਬਰ ਤੇ, ਏ ਦੂਜੇ ਤੇ, ਦੋਵਾਂ ਦੀ ਜਗ੍ਹਾ ਬਦਲ ਗਈ। ਫਿਰ ਲਿਖਾਂਗੇ ਕਿਵੇਂ? ਆ ਬੀ ਨੂੰ ਜਦੋਂ ਆਪਾਂ ਏ ਦੂਜੇ ਪਾਸੇ ਲੈ ਕੇ ਜਾਂਦੇ ਹਾਂ, ਸਿੰਪਲ ਜੀ ਗੱਲ ਹੈ, ਤੇ ਆਪਾਂ ਏ ਇੱਕ ਵਟੇ ਏ ਲਿਖਾਂਗੇ, ਹੈ ਨਾ? ਤੇ ਇੱਕ ਹੁਣ ਆਪਾਂ ਦਸਵੀਂ ਤੱਕ ਪਾਵਰਾਂ ਪੜ੍ਹੀਆਂ, ਪਾਵਰਾਂ ਪੜ੍ਹੀਆਂ ਨਾ, ਏ ਦੇ ਸਿਰ ਤੇ 2, ਏ ਦੇ ਸਿਰ ਤੇ 3 ਪੜ੍ਹੀਆਂ ਨਾ, ਤੇ ਜੇ ਇਹਦੇ ਪਾਵਰ ਮਾਈਨਸ ਵਾਲੀ ਹੋ ਜਾਂਦਾ ਇਹਦਾ ਮਤਲਬ ਕੀ ਹੁੰਦਾ? ਹੁਣ ਇੱਥੇ ਏ ਦੇ ਸਿਰ ਤੇ ਕੋਈ ਪਾਵਰ ਨਹੀਂ, ਮਤਲਬ ਕਿੰਨਾ ਹੋ ਗਿਆ? ਇਹਨੇ ਤਾਂ ਲੈ ਕੇ ਏ ਨੂੰ ਉੱਪਰ ਲੈ ਕੇ ਗਏ ਮਾਈਨਸ 1। ਹਾਂਜੀ, ਯਾਨੀ ਬੀ ਦਾ ਇਨਵਰਸ ਏ ਦਾ ਕੀ ਹੋਊਗਾ? ਹਾਂਜੀ, ਇਹ ਹੀ ਪ੍ਰੋਪਰਟੀ ਹੈ, ਏ ਵੀ ਇਨਵਰਸ। ਜੇ ਦੋ ਚੀਜ਼ਾਂ ਦਾ ਇਨਵਰਸ ਕਰੀਏ ਤਾਂ ਜਿਵੇਂ ਮਲਟੀਪਲਾਈ ਚ ਆਪਾਂ ਟ੍ਰਾਂਸਪੋਜ਼ ਇੱਕ ਪ੍ਰੋਪਰਟੀ ਕੀਤੀ ਸੀ ਬੀ ਇਨਵਰਸ ਤੇ ਏ ਇਨਵਰਸ, ਉੱਥੇ ਆਪਾਂ ਡੈਸ਼ ਕੀਤਾ ਸੀ ਨਾ ਕਿ ਏ ਬੀ ਡੈਸ਼ ਆਈਡੈਂਟੀਟੀ ਬਣ ਗਈ, ਤਾਂ ਇਸ ਮਤਲਬ ਬੀ ਏ ਦਾ ਇਨਵਰਸ ਹੈ ਗਿਆ, ਨਹੀਂ ਤਾਂ ਪਹਿਲੀ ਰੋ ਪਹਿਲਾ ਕਾਲਮ 2 ਦੂਣੀ
ਚਾਰ ਤਿੰਨ ਏਕਮ ਤਿੰਨ ਮਾਈਨਸ ਤਿੰਨ ਹਾਂਜੀ ਹੁਣ ਆ ਪਹਿਲੀ ਰੋ ਤੇ ਦੂਜਾ ਕਾਲਮ ਯਾਨੀ ਕਿ ਆ ਇਵਨ ਸਮ ਮਾਈਨਸ 6 ਮਾਈਨਸ 6 ਤੇ 6 ਪਲੱਸ 6 ਪਲੱਸ 6 ਹੁਣ ਆ 2 ਹਾਂਜੀ 2 ਤੇ ਮਾਈਨਸ 2 ਅੱਛਾ ਹੁਣ ਜਿਹਨੂੰ ਮੈਂ ਪੁੱਛੂ ਤੋਈ ਜਵਾਬ ਦੋ ਹਾਂ ਸ਼ਿਵਮ ਨੂੰ ਦੱਸ ਦਿੱਤਾ ਆ ਵੀ ਮਾਈਨਸ 3 ਬਿਲਿਆ ਤੁਸੀਂ ਦੱਸੋ ਸਰਬ ਤੋਂ ਪਾਣਾ 4 ਮਾਈਨਸ 3 ਪਲੱਸ 4 ਠੀਕ ਹੈ ਜਵਾਬ ਅੱਛਾ ਇਹਦਾ ਕਿ ਨਾ ਬੇਟਾ ਤੁਸੀਂ ਦੱਸੋ ਹੈ ਠੀਕ ਹੈ ਅੱਗੇ ਦਾ ਬੇਟਾ ਠੀਕ ਹੈ ਅੱਗੇ ਠੀਕ ਹੈ ਅੱਗੇ ਹੁਣ ਦੇਖੋ ਆ ਉਹਨਾਂ ਨੇ ਆਪਣੇ ਵੱਲੋਂ ਕੋਈ ਮੈਟ੍ਰਿਕਸ ਦਿੱਤੇ ਸੀ ਗੁਣਾ ਕੀਤੀ ਜਵਾਬ ਆਪਣੇ ਕੋਲ ਕੀ ਆ ਗਿਆ ਹਮੇਸ਼ਾ ਇਹ ਯੂਨੀਕ ਹੋਣਗੇ ਮਤਲਬ ਇਸ ਮੈਟ੍ਰਿਕਸ ਦੇ ਸੰਬੰਧ ਵਿੱਚ ਇਹੀ ਇਕੱਲਾ ਮੈਟ੍ਰਿਕਸ ਮਿਲੂਗਾ ਜਿੰਨਾ ਗੁਣਾ ਕਰਨ ਤੇ ਆਇਡੈਂਟੀ ਜੇ ਥੋੜਾ ਜਿਹਾ ਤੁਸੀਂ ਨਿਸ਼ਾਨ ਬਦਲੋ ਤੋ ਤਾਂ ਗੁਣਾ ਕਰਕੇ ਦੇਖੋਗੇ ਆਇਡੈਂਟੀ ਨਹੀਂ ਸਹੀ ਇਸਦਾ ਮਤਲਬ ਇੱਕ ਦੇ ਸਮ ਇੱਕ ਦੇ ਮਗਰ ਇੱਕੋ ਹੀ ਮੈਟ੍ਰਿਕਸ ਇੱਕ ਲੌਤਾ ਮੈਟ੍ਰਿਕਸ ਮਿਲੂਗਾ ਜਿਹੜਾ ਗੁਣਾ ਕਰਨ ਤੇ ਆਇਡੈਂਟੀ ਬਣੂ 2 3 4 5 ਨਹੀਂ ਸਮਝ ਲੱਗੀ